ਇਹ ਕੋਠੀ ਆ ਜਿਹੜੀ ਇਹ ਆਪਣੇ ਰੈਪਕੋਟ ਤੋਂ ਤਲਵੰਡੀ ਰੋਡ ਦੇ ਉੱਤੇ ਸਥਿਤ ਆ। ਕੋਠੀ ਜਿਹੜੀ ਹੈਗੀ ਆ 10 ਸਾਲਾਂ ਤੋਂ 15 ਸਾਲਾਂ ਤੋਂ ਖੰਡਰ ਬਣ ਗਈ ਆ। ਇਹ ਇੱਕ ਕੀ ਕਹਿ ਜਿਵੇਂ ਕਹਿ ਦਈਏ ਆਪਾਂ ਚੋਰਾਂ ਦਾ ਵਾਸ ਆ। ਇਹਨਾਂ ਦੇ ਪਰਿਵਾਰਿਕ ਮੈਂਬਰ ਹੁਣ ਜਲਦੀ ਆ ਰਹੇ ਨੇ ਉੱਧਰੋਂ ਇੰਗਲੈਂਡ ਦੇ ਵਿੱਚੋਂ, 5-10 ਦਿਨਾਂ ਦੇ ਵਿੱਚ ਆ ਜਾਣ ਉਹਨਾਂ ਨੇ। ਬਸ ਫਿਰ ਇਹਦੀ ਕੋਠੀ ਦਾ ਜਿਹੜਾ ਸਾਫ਼ ਸਫਾਈਆ ਹੈਗਾ ਵਾ ਉਹ ਆਪ ਦੀ ਦੇਖ ਰੇਖ ਦੇ ਵਿੱਚ ਰਹਿ ਕੇ ਕਰਾ ਲੈਣਗੇ। ਇਹ ਕੋਠੀ ਆ ਜਿਹੜੀ ਇਹ ਆਪਣੇ ਰੈਕੋਟ ਤੋਂ ਤਲਵੰਡੀ ਰੋਡ ਦੇ ਉੱਤੇ ਸਥਿਤ ਆ, ਠੀਕ ਹੈ। ਜੋ ਰੈਕੋਟ ਦੀ ਹੱਦ ਦੇ ਵਿੱਚ, ਜਾਣੀ ਕਿ ਰੈਕੋਟ ਬੱਸ ਸਟੈਂਡ ਤੋਂ ਮੰਨ ਕੇ ਚੱਲੀ 1.5 ਕਿਲੋਮੀਟਰ 1.25 ਕਿਲੋਮੀਟਰ ਇੱਧਰ ਆ ਕੇ ਕੋਠੀ ਇਹ। ਇਹ ਕੋਠੀ ਦੇ ਵਿੱਚ ਜਿਹੜੇ ਹੈਗੇ ਸੀ, ਇਹ 2007 ਦੇ ਵਿੱਚ ਕੋਠੀ ਇਹ ਬਣੀ ਸੀਗੀ ਅਤੇ ਇਹਦੇ ਜਿਹੜਾ ਪਰਿਵਾਰਿਕ ਮੈਂਬਰ ਸੀਗੇ ਉਹ ਸਾਰੇ ਇੰਗਲੈਂਡ ਨੇ ਜੀ, ਠੀਕ ਹੈ। ਬਾਕੀ ਜਿਹੜੇ ਇਹਦੇ ਭੂਆ ਜੀ ਦੀ ਡੈਥ ਹੋਣ ਤੋਂ ਬਾਅਦ 'ਚ ਬੱਚੇ ਨੇ ਜਿਹੜੇ ਉੱਧਰਲੇ ਜੰਮਪਾਲ ਸੀਗੇ, ਉੱਧਰ ਉਹਨਾਂ ਦੀ ਸਟੱਡੀ ਵਗੈਰਾ ਚੱਲਦੀ ਸੀਗੀ, ਇਸ ਕਰਕੇ ਉਹ ਵੀ ਕੁਝ ਕੁ ਮਜਬੂਰੀਆਂ ਸਟੱਡੀ ਕਰਕੇ ਹੋ ਗਈਆਂ, ਕੁਝ ਕੁ ਪਰਿਵਾਰ ਦੇ ਵਿੱਚ ਮਤਭੇਦ ਹੋ ਗਏ, ਉਹਨਾਂ ਤੋਂ ਆਇਆ ਨਹੀਂ ਗਿਆ। ਇਸ ਕਰਕੇ ਕੋਠੀ ਜਿਹੜੀ ਹੈਗੀ ਆ 10-15 ਸਾਲਾਂ ਤੋਂ ਖੰਡਰ ਬਣ ਗਈ ਆ। ਇਹ ਇੱਕ ਕੀ ਕਹਿ ਜਿਵੇਂ ਕਹਿ ਦਈਏ ਆਪਾਂ ਚੋਰਾਂ ਦਾ ਵਾਸਾ ਹੈ ਨਾ, ਅਤੇ ਜਿਹੜੇ ਸਮੱਗਲਰ ਨੇ ਉਹਨਾਂ ਦਾ ਵਾਸਾ ਬਣ ਗਈ ਹੈ। ਪਰ ਹੁਣ ਇਹ ਜਿਹੜੇ ਹੈਗੇ ਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੇਰੀ ਗੱਲ ਹੋਈ ਆ, ਮੈਂ ਗਵਾਂਢੀ ਇਹਨਾਂ ਦੇ ਨੇਬਰ ਦੇ ਵਿੱਚ ਹੀ ਰਹਿੰਦਾ ਵਾਂ, ਅਤੇ ਇਹਨਾਂ ਦੇ ਪਰਿਵਾਰਿਕ ਮੈਂਬਰ ਹੁਣ ਜਲਦੀ ਆ ਰਹੇ ਨੇ ਉੱਧਰੋਂ ਇੰਗਲੈਂਡ ਦੇ ਵਿੱਚੋਂ, 5-10 ਦਿਨਾਂ ਦੇ ਵਿੱਚ ਆ ਜਾਣ ਉਹਨਾਂ ਨੇ। ਬਸ ਫਿਰ ਇਹਦੀ ਕੋਠੀ ਦਾ ਜਿਹੜਾ ਸਾਫ਼ ਸਫਾਈਆ ਹੈਗਾ ਵਾ ਉਹ ਆਪ ਦੀ ਦੇਖ ਰੇਖ ਦੇ ਵਿੱਚ ਹੋ ਰਹਿ ਕੇ ਕਰਾ ਲੈਣਗੇ, ਅਤੇ ਉਦੋਂ ਬਾਅਦ 'ਚ ਕੋਠੀ ਦੇ ਵਿੱਚ ਕਿਸੇ ਨੂੰ ਹਾਇਰ ਕਰਕੇ ਰੱਖ ਜਾਣਗੇ, ਅਤੇ ਫਿਰ ਇਹ ਕੋਠੀ ਜਿਹੜੀ ਆ ਫਿਰ ਤੋਂ ਦੁਬਾਰੇ ਆਬਾਦ ਹੋ ਜੂਗੀ। ਇਹ ਕੋਠੀ ਆ ਜਿਹੜੀ ਇਹ ਆਪਣੇ ਰੈਪਕੋਟ ਤੋਂ ਤਲਵੰਡੀ ਰੋਡ ਦੇ ਉੱਤੇ ਸਥਿਤ ਆ। ਕੋਠੀ ਜਿਹੜੀ ਹੈਗੀ ਆ 10-15 ਸਾਲਾਂ ਤੋਂ ਖੰਡਰ ਬਣ ਗਈ ਆ। ਇਹ ਇੱਕ ਕੀ ਕਹਿ ਜਿਵੇਂ ਕਹਿ ਦਈਏ ਆਪਾਂ ਚੋਰਾਂ ਦਾ ਵਾਸਾ। ਇਹਨਾਂ ਦੇ ਪਰਿਵਾਰਿਕ ਮੈਂਬਰ ਹੁਣ ਜਲਦੀ ਆ ਰਹੇ ਨੇ ਉੱਧਰੋਂ ਇੰਗਲੈਂਡ ਦੇ ਵਿੱਚੋਂ, 5-10 ਦਿਨਾਂ ਦੇ ਵਿੱਚ ਆ ਜਾਣ ਉਹਨਾਂ ਨੇ। ਬਸ ਫਿਰ ਇਹਦੀ ਕੋਠੀ ਦਾ ਜਿਹੜਾ ਸਾਫ਼ ਸਫਾਈਆ ਹੈਗਾ ਵਾ ਉਹ ਆਪ ਦੀ ਦੇਖ ਰੇਖ ਦੇ ਵਿੱਚ ਰਹਿ ਕੇ ਕਰਾ ਲੈਣਗੇ। ਇਹ ਕੋਠੀ ਆ ਜਿਹੜੀ ਇਹ ਆਪਣੇ ਰੈਕੋਟ ਤੋਂ ਤਲਵੰਡੀ ਰੋਡ ਦੇ ਉੱਤੇ ਸਥਿਤ ਆ, ਠੀਕ ਹੈ। ਜੋ ਰੈਕੋਟ ਦੀ ਹੱਦ ਦੇ ਵਿੱਚ, ਜਾਣੀ ਕਿ ਰੈਕੋਟ ਬੱਸ ਸਟੈਂਡ ਤੋਂ ਮੰਨ ਕੇ ਚੱਲੀ 1.25 ਕਿਲੋਮੀਟਰ 1.25 ਕਿਲੋਮੀਟਰ ਇੱਧਰ ਆ ਕੇ ਕੋਠੀ ਇਹ। ਇਹ ਕੋਠੀ ਦੇ ਵਿੱਚ ਜਿਹੜੇ ਹੈਗੇ ਸੀ, ਇਹ 2007 ਦੇ ਵਿੱਚ ਕੋਠੀ ਇਹ ਬਣੀ ਸੀਗੀ ਅਤੇ ਇਹਦੇ ਜਿਹੜਾ ਪਰਿਵਾਰਿਕ ਮੈਂਬਰ ਸੀਗੇ ਉਹ ਸਾਰੇ ਇੰਗਲੈਂਡ ਨੇ ਜੀ, ਠੀਕ ਹੈ। ਬਾਕੀ ਜਿਹੜੇ ਇਹਦੇ ਭੂਆ ਜੀ ਦੀ ਡੈਥ ਹੋਣ ਤੋਂ ਬਾਅਦ 'ਚ ਬੱਚੇ ਨੇ ਜਿਹੜੇ ਉੱਧਰਲੇ ਜੰਮਪਾਲ ਸੀਗੇ, ਉੱਧਰ ਉਹਨਾਂ ਦੀ ਸਟੱਡੀ ਵਗੈਰਾ ਚੱਲਦੀ ਸੀਗੀ, ਇਸ ਕਰਕੇ ਉਹ ਵੀ ਕੁਝ ਕੁ ਮਜਬੂਰੀਆਂ ਸਟੱਡੀ ਕਰਕੇ ਹੋ ਗਈਆਂ, ਕੁਝ ਕੁ ਪਰਿਵਾਰ ਦੇ ਵਿੱਚ ਮਤਭੇਦ ਹੋ ਗਏ, ਉਹਨਾਂ ਤੋਂ ਆਇਆ ਨਹੀਂ ਗਿਆ। ਇਸ ਕਰਕੇ ਕੋਠੀ ਜਿਹੜੀ ਹੈਗੀ ਆ 10-15 ਸਾਲਾਂ ਤੋਂ ਖੰਡਰ ਬਣ ਗਈ ਆ। ਇਹ ਇੱਕ ਕੀ ਕਹਿ ਜਿਵੇਂ ਕਹਿ ਦਈਏ ਆਪਾਂ ਚੋਰਾਂ ਦਾ ਵਾਸਾ ਹੈ ਨਾ, ਅਤੇ ਜਿਹੜੇ ਸਮੱਗਲਰ ਨੇ ਉਹਨਾਂ ਦਾ ਵਾਸਾ ਬਣ ਗਈ ਹੈ। ਪਰ ਹੁਣ ਇਹ ਜਿਹੜੇ ਹੈਗੇ ਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੇਰੀ ਗੱਲ ਹੋਈ ਆ, ਮੈਂ ਗਵਾਂਢੀ ਇਹਨਾਂ ਦੇ ਨੇਬਰ ਦੇ ਵਿੱਚ ਹੀ ਰਹਿੰਦਾ ਵਾਂ, ਅਤੇ ਇਹਨਾਂ ਦੇ ਪਰਿਵਾਰਿਕ ਮੈਂਬਰ ਹੁਣ ਜਲਦੀ ਆ ਰਹੇ ਨੇ ਉੱਧਰੋਂ ਇੰਗਲੈਂਡ ਦੇ ਵਿੱਚੋਂ, 5-10 ਦਿਨਾਂ ਦੇ ਵਿੱਚ ਆ ਜਾਣ ਉਹਨਾਂ ਨੇ। ਬਸ ਫਿਰ ਇਹਦੀ ਕੋਠੀ ਦਾ ਜਿਹੜਾ ਸਾਫ਼ ਸਫਾਈਆ ਹੈਗਾ ਵਾ ਉਹ ਆਪ ਦੀ ਦੇਖ ਰੇਖ ਦੇ ਵਿੱਚ ਹੋ ਰਹਿ ਕੇ ਕਰਾ ਲੈਣਗੇ, ਅਤੇ ਉਦੋਂ ਬਾਅਦ 'ਚ ਕੋਠੀ ਦੇ ਵਿੱਚ ਕਿਸੇ ਨੂੰ ਹਾਇਰ ਕਰਕੇ ਰੱਖ ਜਾਣਗੇ, ਅਤੇ ਫਿਰ ਇਹ ਕੋਠੀ ਜਿਹੜੀ ਆ ਫਿਰ ਤੋਂ ਦੁਬਾਰੇ ਆਬਾਦ ਹੋ ਜੂਗੀ।